ਹਾਂਜੀ ਤੇ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਦੋਸਤੋ? ਅੱਜ ਮੈਂ ਤੁਹਾਨੂੰ ਅਜਿਹੀਆਂ ਗੱਲਾਂ ਦੱਸਣ ਜਾ ਰਹੀ ਹਾਂ ਜਿਨ੍ਹਾਂ ਦੇ ਬਾਰੇ ਤੁਹਾਨੂੰ ਸ਼ਾਇਦ ਪਹਿਲਾਂ ਨਹੀਂ ਪਤਾ ਹੋਏਗਾ ਅਤੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਬਹੁਤ ਹੀ ਹੈਰਾਨ ਹੋਣ ਵਾਲੇ ਹੋ। ਤੇ ਸੁਣੋ, ਜੇ ਆਪਾਂ ਗੱਲ ਕਰੀਏ ਨਾ ਕਿ ਅਕਸਰ ਲੋਕੀ ਆਪਾਂ ਤੇ ਇਹ ਸੁਣਦੇ ਰਹਿੰਦੇ ਆ ਕਿ ਕੋਈ ਬੰਦਾ ਕਿਸੇ ਹਾਰਟ ਅਟੈਕ ਨਾਲ ਮਰ ਗਿਆ ਜਾਂ ਕਿਸੇ ਬਿਮਾਰੀ ਨਾਲ ਮਰ ਗਿਆ, ਪਰ ਤੁਸੀਂ ਕਦੀ ਇਹ ਸੁਣਿਆ ਆ ਕਿ ਕੋਈ ਬੰਦਾ ਨੱਚਦਿਆਂ ਮਰ ਗਿਆ? ਤੁਸੀਂ ਕਦੀ ਇਹ ਸੁਣਿਆ ਕਿ ਇੱਕ ਔਰਤ ਜੋ ਕਿ 46 ਸਾਲ ਤੱਕ ਪ੍ਰੈਗਨੈਂਟ ਯਾਨੀ ਕਿ ਗਰਭਵਤੀ ਰਹੀ, ਪਰ ਉਸ ਨੇ ਜਿਸ ਚੀਜ਼ ਨੂੰ ਜਨਮ ਦਿੱਤਾ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਇਸ ਕਰਕੇ ਇਸ ਵੀਡੀਓ ਨੂੰ ਥੋੜ੍ਹਾ ਵੀ ਸਕਿੱਪ ਨਾ ਕਰਿਓ, ਇਸ ਵੀਡੀਓ ਨੂੰ ਪੂਰਾ ਵੇਖਿਓ ਅਤੇ ਚਲੋ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ, ਜਰਮਨੀ ਵਿੱਚ ਜੇ ਤੁਸੀਂ ਸੜਕ ਪਾਰ ਕਰਨੀ ਹੋਵੇ ਤਾਂ ਤੁਹਾਨੂੰ ਟੇਬਲ ਟੈਨਿਸ ਜਾਂ ਫਿਰ ਪਿੰਗ ਪੋਂਗ ਨਾਮ ਦੀ ਇੱਕ ਗੇਮ ਖੇਡਣੀ ਪਵੇਗੀ। ਅਸਲ ਵਿੱਚ ਜਿਹੜੇ ਪਾਸੇ ਤੁਸੀਂ ਖਲੋਤੇ ਜੇ ਉਹਦੇ ਓਪੋਜ਼ਿਟ ਵੀ ਤਾਂ ਕੋਈ ਖਲੋਤਾ ਹੀ ਹੋਊਗਾ ਸੜਕ ਪਾਰ ਕਰਨ ਨੂੰ, ਇਸ ਕਰਕੇ ਦੋਵੇਂ ਜਣੇ ਜਦੋਂ ਤੁਸੀਂ ਗੇਮ ਖੇਡੋਗੇ ਜਦੋਂ ਤੁਸੀਂ ਜਿੱਤੋਗੇ ਤਾਂ ਉਦੋਂ ਹੀ ਤੁਸੀਂ ਸੜਕ ਪਾਰ ਜਿਹੜੀ ਉਹ ਕਰ ਸਕਦੇ ਹੋ। ਇਸ ਫੋਟੋ ਨੂੰ ਜਿਹੜੀ ਵੀ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਇਸ ਬਿਲਡਿੰਗ ਨੂੰ ਧਿਆਨ ਨਾਲ ਵੇਖੋ, ਤੁਹਾਨੂੰ ਕੀ ਲੱਗ ਰਿਹਾ ਹੈ ਕਿ ਕਿਸੇ ਸਟਰੋਮ ਦੇ ਕਾਰਨ ਜਾਂ ਕਿਸੇ ਕੋਈ ਤੂਫਾਨ ਦੇ ਕਾਰਨ ਇਹ ਪੁੱਠੀ ਹੋਈ ਪਈ ਹੈ? ਉਹ ਨਹੀਂ, ਇਹ ਪੁੱਠੀ ਨਹੀਂ ਹੋਈ ਪਈ ਹੈ, ਇਸ ਦਾ ਸਟਰਕਚਰ ਹੀ ਇਸ ਤਰ੍ਹਾਂ ਦਾ ਬਣਾਇਆ ਗਿਆ ਹੈ ਕਿ ਵੇਖਣ ਵਾਲੇ ਨੂੰ ਇਸ ਤਰ੍ਹਾਂ ਲੱਗੇ ਕਿ ਇਹ ਪੁੱਠੀ ਹੈ। ਉਸ ਤੋਂ ਬਾਅਦ ਦੀ ਇੱਕ ਇੰਟਰਸਟਿੰਗ ਗੱਲ ਤੁਹਾਨੂੰ ਇਹ ਦੱਸਣੀ ਆ ਕਿ ਛੱਤੀਸਗੜ੍ਹ ਮਤਲਬ ਕਿ ਆਪਣੇ ਇੰਡੀਆ ਦਾ ਇਫੈਕਟ ਆ ਦੋਸਤੋ। ਛੱਤੀਸਗੜ੍ਹ ਦੀ ਇੱਕ ਔਰਤ ਜਿਸਦਾ ਨਾਮ ਪਿੱਲੀ ਦੇਵੀ ਆ, ਉਹ 30 ਸਾਲ ਤੋਂ, ਧਿਆਨ ਨਾਲ ਸੁਣਿਓ, ਸਿਰਫ 30 ਸਾਲ ਤੋਂ ਇੱਕ ਚਾਹ ਦੀ ਗਲਾਸੀ ਦੇ ਸਹਾਰੇ ਜਿੰਦਾ ਆ। ਮਤਲਬ ਆਖਰੀ ਵਾਰ ਉਸਨੇ 11 ਸਾਲ ਦੀ ਉਮਰ ਵਿੱਚ ਖਾਣਾ ਖਾਧਾ ਸੀ, ਜਿਸ ਤੋਂ ਬਾਅਦ ਉਸਨੇ ਕਦੀ ਵੀ ਖਾਣਾ ਨਹੀਂ ਖਾਧਾ, ਇੱਕ ਰੋਟੀ ਤੱਕ ਨਹੀਂ ਉਹਨੇ ਖਾਧੀ, ਅਤੇ ਜਿਸ ਤੋਂ ਬਾਅਦ ਹੁਣ ਤੱਕ ਸਿਰਫ ਇੱਕ ਕੱਪ ਚਾਹ ਪੀਂਦੀ ਆਉਣ ਡਈ। ਜਦੋਂ ਡਾਕਟਰਸ ਨੇ ਉਹਨੂੰ ਚੈੱਕ ਕੀਤਾ ਤੇ ਚੈੱਕ ਕੀਤਿਆਂ ਪਤਾ ਇਹ ਲੱਗਾ ਕਿ ਉਹ ਔਰਤ ਬਿਲਕੁਲ ਠੀਕ ਠਾਕ ਆ, ਬਿਲਕੁਲ ਤੰਦਰੁਸਤ ਆ, ਉਹਨੂੰ ਕੋਈ ਵੀ ਪ੍ਰੋਬਲਮ ਨਹੀਂ ਹੈਗੀ। ਤੇ ਇਸ ਔਰਤ ਨੂੰ ਦੇਖੋ ਜਿਸ ਦੀ ਫੋਟੋ ਤੁਹਾਡੀ ਸਕਰੀਨ ਤੇ ਤੁਹਾਨੂੰ ਦਿਖਾਈ ਦੇ ਰਹੀ ਹੈ। ਇਸ ਦਾ ਨਾਮ ਹੈ ਜੀ ਨਾਇਕਿਮ, ਕਿ ਇੱਕ ਸਿਊਦੈਨਿਸ਼ ਮਾਡਲ ਹੈ ਅਤੇ ਪੂਰੀ ਦੁਨੀਆ ਤੇ ਇਸ ਔਰਤ ਦਾ ਡਾਰਕੈਸਟ ਸਕਿਨ ਟੋਨ ਆ ਤੇ ਇਸ ਦਾ ਨਾਮ ਗਿਨੀਅਸ ਵਰਲਡ ਬੁੱਕ ਦੇ ਵਿੱਚ ਵੀ ਰਿਕਾਰਡ ਆ। ਕਿ ਇਸ ਨੂੰ ਵੇਖ ਕੇ ਸਾਨੂੰ ਇਹ ਸਿੱਖਣਾ ਚਾਹੀਦਾ ਆ ਕਿ ਰੰਗ ਤੇ ਰੂਪ ਜਿਹੜਾ ਆ ਉਹ ਰੱਬ ਨੇ ਦਿੱਤਾ ਹੁੰਦਾ ਹੈ, ਉਸਨੂੰ ਵੇਖ ਕੇ ਕਦੀ ਵੀ ਕਿਸੇ ਨੂੰ ਆਪਾਂ ਨੂੰ ਜੱਜ ਨਹੀਂ ਕਰਨਾ ਚਾਹੀਦਾ। ਚਲੋ ਆਪਾਂ ਵੱਧਦੇ ਹਾਂ ਅਗਲੇ ਫੈਕਟ ਵੱਲ। ਤੇ ਅਗਲਾ ਫੈਕਟ ਹੈ ਕਿ ਸਮੁੰਦਰ ਬਹੁਤ ਹੀ ਗਹਿਰਾ ਅਤੇ ਵਿਸ਼ਾਲ ਹੈ, ਯਾਨੀ ਕਿ ਡੀਪ ਆ, ਬਹੁਤ ਜ਼ਿਆਦਾ ਡੀਪ ਹੋਣ ਦੇ ਕਾਰਨ ਇੱਥੇ ਬਹੁਤ ਜ਼ਿਆਦਾ ਠੰਡ ਆ। ਜਿੱਦਾਂ ਆਪਾਂ ਸਮੁੰਦਰ ਦੇ ਵਿੱਚ ਨੀਚੇ ਜਾਈ ਜਾਵਾਂਗੇ ਉਸੇ ਤਰੀਕੇ ਨਾਲ ਹੀ ਉੱਥੇ ਠੰਡ ਜਿਹੜੀ ਆ ਉਹ ਵੀ ਵੱਧਦੀ ਜਾਂਦੀ ਆ ਅਤੇ ਆਪਾਂ ਨੂੰ ਕਈ ਤਰ੍ਹਾਂ ਦੇ ਅਜੀਬੋ ਗਰੀਬ ਪ੍ਰਾਣੀ ਯਾਨੀ ਕਿ ਸਟ੍ਰੇਂਜੈਸਟ ਕ੍ਰੀਏਚਰਸ ਵੀ ਉੱਥੇ ਦੇਖਣ ਨੂੰ ਮਿਲਦੇ ਆ। ਇਸੇ ਤਰ੍ਹਾਂ ਹੀ ਇੱਕ ਕ੍ਰੀਏਚਰ ਇਸ ਤਰ੍ਹਾਂ ਦਾ ਆ ਜਿਸਦਾ ਨਾਮ ਆ ਬਿਰੇਲੀਆ ਅਤੇ ਇਹ ਇੱਕ ਮਛਲੀ ਆ ਜਿਸ ਦਾ ਪੂਰੇ ਦਾ ਪੂਰਾ ਸਿਰ ਟ੍ਰਾਂਸਪੇਰੈਂਟ ਆ, ਮਤਲਬ ਉਸਦੇ ਆਰ ਪਾਰ ਦੇਖਿਆ ਜਾ ਸਕਦਾ ਕਿ ਉਸਦੇ ਦਿਮਾਗ ਦੇ ਅੰਦਰ ਵੀ ਸਾਫ਼ ਸਾਫ਼ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਅੰਦਰ ਸਟਰਕਚਰਸ ਬਣੇ ਹੋਏ ਹਨ। ਆਪਾਂ ਹੁਣ ਸਮੁੰਦਰ ਦੀ ਗੱਲ ਤਾਂ ਕਰ ਹੀ ਰਹੇ ਹਾਂ, ਇੱਥੇ ਤੁਹਾਨੂੰ ਮੈਂ ਇੱਕ ਨਿੱਕੀ ਜਿਹੀ ਸਟੋਰੀ ਦੱਸਣਾ ਚਾਹੁੰਦੀ ਹਾਂ ਕਿ ਜੋ ਤੁਹਾਨੂੰ ਕਾਫ਼ੀ ਮੋਟੀਵੇਟ ਕਰ ਦੇਗੀ। ਅਸਲ ਵਿੱਚ ਇੱਕ ਮੁੰਡਾ ਜਿਸਦਾ ਨਾਮ ਵਿਸ਼ਵਾਸ ਹੈ ਅਤੇ ਉਸ ਨੇ ਸਵਿਮਿੰਗ ਵਿੱਚ 3 ਮੈਡਲ ਜਿੱਤੇ ਹੋਏ ਹਨ, ਉਹ ਵੀ ਕੈਨੇਡਾ ਵਿੱਚ। ਪਰ ਇਹ ਸਟੋਰੀ ਮੈਂ ਤੁਹਾਨੂੰ ਕਿਉਂ ਦੱਸ ਰਹੀ ਹਾਂ ਕਿ ਉਸਨੇ 3 ਮੈਡਲ ਜਿੱਤੇ? ਅਸਲ ਵਿੱਚ ਜਿਸ ਮੁੰਡੇ ਦੀ ਮੈਂ ਗੱਲ ਕਰ ਰਹੀ ਹਾਂ ਉਸ ਦੇ ਹੱਥ ਨਹੀਂ ਹਨ ਅਤੇ ਉਸਨੇ ਬਿਨਾਂ ਹੱਥਾਂ ਤੋਂ ਹੀ ਇਹ ਮੈਡਲ ਜਿੱਤੇ ਹੋਏ ਹਨ। ਜੇ ਅਸੀਂ ਸੋਚੀਏ ਕਿ ਇਹ ਕਿਸ ਤਰ੍ਹਾਂ ਉਸਦੇ ਨਾਲ ਹੋਇਆ, ਉਸਨੇ ਇਹ ਦੱਸਿਆ ਕਿ ਉਸਨੇ 16 ਸਾਲ ਦੀ ਉਮਰ ਵਿੱਚ ਆਪਣੇ ਹੱਥ ਇੱਕ ਐਕਸੀਡੈਂਟ ਵਿੱਚ ਗਵਾ ਦਿੱਤੇ ਸਨ। ਜਦੋਂ ਉਹ ਆਪਣੇ ਘਰ ਵਿੱਚ ਕਿਸੇ ਜਗ੍ਹਾ ਤੇ ਪਾਣੀ ਪਾ ਰਿਹਾ ਸੀ, ਯਾਨੀ ਕਿ ਕਿਸੇ ਥਾਂ ਨੂੰ ਕੋਈ ਸੁੱਕੀ ਥਾਂ ਹੋਏਗੀ ਜਿੱਥੇ ਉਹ ਪਾਣੀ ਦੇ ਰਿਹਾ ਸੀ, ਅਤੇ ਉਸ ਦਾ ਉੱਥੇ ਬੈਲੈਂਸ ਵਿਗੜ ਗਿਆ, ਜਿਸ ਤੋਂ ਬਾਅਦ ਬਿਜਲੀ ਦੀਆਂ ਨੰਗੀਆਂ ਤਾਰਾਂ ਤੇ ਉਹ ਡਿੱਗ ਗਿਆ, ਜਿੱਥੇ ਉਸ ਦੇ ਫਾਦਰ ਉਸ ਨੂੰ ਬਚਾਉਂਦੇ ਬਚਾਉਂਦੇ ਆਪ ਮੌਤ ਦੇ ਮੂੰਹ ਵਿੱਚ ਚਲੇ ਗਏ ਅਤੇ ਉਹ ਆਪ ਕੋਮਾ ਵਿੱਚ ਚਲਾ ਗਿਆ। ਬਾਅਦ ਵਿੱਚ ਜਦੋਂ ਉਹ ਠੀਕ ਹੋਇਆ ਤਾਂ ਉਸਨੇ ਦੇਖਿਆ ਕਿ ਉਸਦੇ ਹੱਥ ਵੱਡੇ ਹੋਏ ਹਨ, ਯਾਨੀ ਕਿ ਉਸ ਟਾਈਮ ਤੇ ਉਹਦੇ ਹੱਥ ਵੱਢਣੇ, ਜਿਸ ਤੋਂ ਬਾਅਦ ਉਸਨੂੰ ਇਹ ਕਾਫੀ ਵੱਡਾ ਝਟਕਾ ਦਾ ਲੱਗਦਾ, ਪਰ ਫਿਰ ਵੀ ਉਸਨੇ ਹਿੰਮਤ ਨਹੀਂ ਹਾਰੀ। ਉਸਨੇ ਸਵਿਮਿੰਗ ਦੇ ਵਿੱਚ ਇੰਨੇ ਮੈਡਲ ਜਿੱਤੇ ਹੋਏ ਹਨ ਕਿ ਉਹ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਅਤੇ ਇਸ ਦੀ ਕਹਾਣੀ ਹੋਰ ਵੀ ਲੋਕਾਂ ਨੂੰ ਮੋਟੀਵੇਟ ਜ਼ਰੂਰ ਕਰਦੀ ਹੈ। ਚਲੋ ਹੁਣ ਗੱਲ ਕਰਦੇ ਹਾਂ ਉਸ ਚੀਜ਼ ਬਾਰੇ ਜੋ ਕਿ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ 'ਚ ਦੱਸਿਆ ਸੀ ਕਿ ਨੱਚਦੇ ਨੱਚਦੇ ਵੀ ਕੋਈ ਮਰ ਸਕਦਾ ਆ। ਅਸਲ ਵਿੱਚ 1518 ਵਿੱਚ ਸਟੈਸਬਰਗ ਦੀ ਇਹ ਕਹਾਣੀ ਆ ਕਿ ਉੱਥੇ ਇੱਕ ਬਿਮਾਰੀ ਫੈਲੀ ਸੀ ਜਿਸ ਵਿੱਚ ਨੱਚਦੇ ਨੱਚਦੇ ਹੀ ਲੋਕਾਂ ਦੀ ਮੌਤ ਹੋ ਜਾਂਦੀ ਸੀ।
ਜਿਸ ਨੂੰ ਡਾਂਸਿੰਗ ਪਲੇਗ ਨਾਲ ਜਾਣਿਆ ਜਾਂਦਾ ਹੈ। ਇਸ ਦੀ ਸ਼ੁਰੂਆਤ ਇੱਕ ਔਰਤ ਤੋਂ ਹੋਈ ਸੀ ਅਤੇ ਅਚਾਨਕ ਹੀ ਉਹ ਬਿਨਾਂ ਕਿਸੇ ਮਿਊਜ਼ਿਕ ਦੇ ਆਪਣੇ ਘਰ ਤੋਂ ਬਾਹਰ ਆ ਕੇ ਨੱਚਣਾ ਸ਼ੁਰੂ ਹੋ ਗਈ ਅਤੇ ਜਿਸ ਤੋਂ ਬਾਅਦ ਹੋਰ ਵੀ ਲੋਕ ਬਹੁਤ ਸਾਰੇ ਆਪਣੇ ਘਰਾਂ ਚੋਂ ਨਿਕਲ ਕੇ ਆਪਣੀ ਹੀ ਮਸਤੀ ਵਿੱਚ ਬਿਨਾਂ ਕਿਸੇ ਮਿਊਜ਼ਿਕ ਤੇ ਬਿਨਾਂ ਕਿਸੇ ਬੈਂਡ ਵਾਜਿਆਂ ਤੋਂ ਨੱਚਣਾ ਸ਼ੁਰੂ ਹੋ ਗਏ। ਉਹ ਉਦੋਂ ਤੱਕ ਨੱਚਦੇ ਹੀ ਰਹੇ ਜਦੋਂ ਤੱਕ ਉਹਨਾਂ ਨੂੰ ਮੌਤ ਨਹੀਂ ਆ ਗਈ। ਉੱਥੇ ਲਗਭਗ 400 ਤੋਂ ਜ਼ਿਆਦਾ ਲੋਕ ਇਸੇ ਕਾਰਨ ਕਰਕੇ ਮਰ ਗਏ ਕਿਉਂਕਿ ਉਹ ਨੱਚ ਨੱਚ ਕੇ ਇੰਨੇ ਕੁ ਜ਼ਿਆਦਾ ਥੱਕ ਗਏ ਸਨ ਕਿ ਕਈ ਥਕਾਵਟ ਕਰਕੇ ਮਰ ਗਏ ਅਤੇ ਕਈ ਜਿਹੜੇ ਉਹ ਹਾਰਟ ਅਟੈਕ ਨਾਲ ਮਰ ਗਏ। ਅਤੇ ਇਸ ਪਲੇਗ ਯਾਨੀ ਕਿ ਡਾਂਸਿੰਗ ਪਲੇਗ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲਗਾਇਆ ਗਿਆ, ਇਹ ਵੀ ਇੱਕ ਰਹੱਸ ਹੀ ਹੈ। ਅਤੇ ਹੁਣ ਗੱਲ ਕਰਦੇ ਹਾਂ ਉਸ ਔਰਤ ਬਾਰੇ ਜੋ ਕਿ 46 ਸਾਲ ਤੱਕ ਪ੍ਰੈਗਨੈਂਟ ਯਾਨੀ ਕਿ ਗਰਭਵਤੀ ਰਹੀ, ਪਰ ਉਸਨੇ ਜਿਹੜੀ ਚੀਜ਼ ਨੂੰ ਜਨਮ ਦਿੱਤਾ ਉਹ ਸੀ ਪੱਥਰ। ਹਾਂਜੀ, ਉਸ ਨੇ ਪੱਥਰ ਨੂੰ ਜਨਮ ਦਿੱਤਾ। ਅਸਲ ਵਿੱਚ ਇੱਕ ਔਰਤ ਜਿਸਦਾ ਨਾਮ ਜ਼ਹਿਰਾ, ਉਹ ਮੋਰੋਕਾ ਦੀ ਰਹਿਣ ਵਾਲੀ ਸੀ ਤੇ 1995 ਯਾਨੀ ਕਿ 1995 ਵਿੱਚ ਇਹ ਗਰਭਵਤੀ ਹੋਈ ਸੀ ਅਤੇ 9 ਮਹੀਨੇ ਬਾਅਦ ਜਦੋਂ ਬੱਚੇ ਦਾ ਇਸ ਧਰਤੀ ਤੇ ਆਉਣ ਦਾ ਸਮਾਂ ਆਇਆ ਤਾਂ ਉਸਨੂੰ ਲੋਕਲ ਹਸਪਤਾਲ ਵਿੱਚ ਲਿਜਾਇਆ ਅਤੇ ਉੱਥੇ ਉਸ ਨੇ ਦੇਖਿਆ ਕਿ ਇੱਕ ਔਰਤ ਬੱਚੇ ਨੂੰ ਜਨਮ ਦਿੰਦਿਆਂ ਹੋਇਆ ਬਹੁਤ ਹੀ ਕਸ਼ਟ ਚੱਲਦੀ ਹੋਈ ਇਸ ਦੁਨੀਆਂ ਤੋਂ ਚਲੀ ਗਈ, ਜਿਸ ਤੋਂ ਬਾਅਦ ਉਹ ਹਸਪਤਾਲ ਤੋਂ ਭੱਜ ਗਈ। ਉਸਨੂੰ ਇਹ ਡਰ ਸੀ ਕਿ ਉਸਦਾ ਵੀ ਇੱਥੇ ਇਹੀ ਹਾਲ ਹੋਏਗਾ। ਜ਼ਹਿਰਾ ਨੂੰ ਬਹੁਤ ਹੀ ਭਿਆਨਕ ਦਰਦ ਮਹਿਸੂਸ ਤਾਂ ਹੁੰਦਾ ਰਿਹਾ ਪਰ ਉਸਨੇ ਪਰਵਾਹ ਨਾ ਕੀਤੀ ਅਤੇ ਉਸ ਨੇ ਕਿਸੇ ਬੱਚੇ ਨੂੰ ਜਨਮ ਵੀ ਨਾ ਦਿੱਤਾ ਅਤੇ ਕੁਝ ਦਿਨ ਬਾਅਦ ਉਸਦਾ ਉਹ ਦਰਦ ਵੀ ਰੁਕ ਗਿਆ। ਉਸਨੇ ਸਲੀਪਿੰਗ ਚਾਈਲਡ ਮੋਰੋਕਾ ਤੇ ਵਿਸ਼ਵਾਸ ਕੀਤਾ ਅਤੇ 3 ਬੱਚਿਆਂ ਨੂੰ ਗੋਦ ਲੈ ਕੇ ਆਪਣੀ ਸਧਾਰਨ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੱਤੀ। ਸਲੀਪਿੰਗ ਚਾਈਲਡ ਯਾਨੀ ਕਿ ਸੌਣ ਵਾਲਾ ਬੱਚਾ ਇੱਕ ਮੋਰੋਕਾ ਮੈਗਰੀਬੀਅਨ ਕਥਾ ਹੈ ਜੋ ਕਹਿੰਦੀ ਹੈ ਕਿ ਕਾਲਾ ਅਤੇ ਚਿੱਟਾ ਜਾਦੂ ਗਰਭਸਥਲ ਬੱਚੇ ਨੂੰ ਸੁਤੰਤਰ ਬਣਾ ਸਕਦਾ ਹੈ ਜਾਂ ਸਮਾਂ ਲੈਣ ਤੋਂ ਬਾਅਦ ਨਾਰਮਲ ਤਰੀਕੇ ਨਾਲ ਜਨਮ ਲੈ ਲੈਂਦਾ। ਜ਼ਹਿਰਾ ਦਾ ਇਸ ਮਿਥ ਵਿੱਚ ਕਾਫੀ ਜ਼ਿਆਦਾ ਪੱਕਾ ਵਿਸ਼ਵਾਸ ਸੀ। ਇਸ ਤੋਂ ਇਲਾਵਾ ਇੱਕ ਵਾਰ ਲੇਬਰ ਦੇ ਦਰਦ ਰੁਕਣ ਤੋਂ ਬਾਅਦ ਉਸਨੇ ਆਪਣੀ ਜ਼ਿੰਦਗੀ ਹਮੇਸ਼ਾ ਦੀ ਤਰ੍ਹਾਂ ਹੀ ਜਿਉਣੀ ਸ਼ੁਰੂ ਕਰ ਦਿੱਤੀ ਅਤੇ ਉਹ ਦਾਦੀ ਵੀ ਬਣ ਗਈ, ਹਾਲਾਂਕਿ ਉਸਨੇ ਕਦੀ ਬੱਚੇ ਨੂੰ ਜਨਮ ਨਹੀਂ ਦਿੱਤਾ। ਅਤੇ 46 ਸਾਲਾਂ ਬਾਅਦ ਉਹ ਦਰਦ ਦੁਬਾਰਾ ਵਾਪਸ ਆਇਆ। ਅਲਟਰਾਸਾਊਂਡ ਸਕੈਨ ਵਿੱਚ ਇਹ ਪਤਾ ਲੱਗਾ ਕਿ ਉਸਦੇ ਸਰੀਰ ਵਿੱਚ ਅਜੇ ਵੀ ਉਹ ਅਣਜੰਮਿਆ ਬੱਚਾ ਹੈ। ਤੇ 75 ਸਾਲ ਦੀ ਉਮਰ ਵਿੱਚ ਇਹ ਪਤਾ ਲੱਗਾ ਕਿ ਜ਼ਹਿਰਾ ਐਕਟੋਪਿਕ ਪ੍ਰੈਗਨੈਂਸੀ ਨਾਲ ਸਫ਼ਰ ਕਰ ਰਹੀ ਸੀ ਅਤੇ 4 ਘੰਟੇ ਦੇ ਓਪਰੇਸ਼ਨ ਤੋਂ ਬਾਅਦ ਉਸ ਪੱਥਰ ਦੇ ਬੱਚੇ ਨੂੰ ਉਸਦੇ ਸਰੀਰ ਵਿੱਚੋਂ ਕੱਢ ਦਿੱਤਾ ਗਿਆ। ਅਸਲ ਵਿੱਚ ਕੁਛ ਵੀ ਖਾਣ ਪੀਣ ਉਸ ਬੱਚੇ ਤੱਕ ਨਾ ਪਹੁੰਚਣ ਕਾਰਨ ਡੀਹਾਈਡਰੇਸ਼ਨ ਹੋ ਗਈ ਸੀ ਅਤੇ ਜਿਸ ਤੋਂ ਬਾਅਦ ਉਹ ਬੱਚਾ ਇੱਕ ਪੱਥਰ ਬਣ ਗਿਆ ਸੀ, ਬਹੁਤ ਹੀ ਹਾਰਡ ਹੋ ਗਿਆ ਸੀ, ਜਿਸਨੇ ਕਿ ਇੱਕ ਟਿਊਮਰ ਦਾ ਰੂਪ ਧਾਰਨ ਕਰ ਲਿਆ ਸੀ ਅਤੇ ਜਿਸ ਨੂੰ ਬਾਅਦ ਵਿੱਚ ਉਸਦੇ ਸਰੀਰ ਵਿੱਚੋਂ ਕੱਢ ਦਿੱਤਾ ਗਿਆ। ਹਾਂਜੀ, ਅਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਉਹ ਪਿਛਲੀ ਪਹੇਲੀ ਜੋ ਕਿ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਪੁੱਛੀ ਸੀ ਯਾਨੀ ਕਿ ਅਮੇਜ਼ਿੰਗ ਰੈਂਡਮ ਫੈਕਟਸ ਪਾਰਟ 3 ਵਿੱਚ ਪੁੱਛੀ ਸੀ, ਜਿਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਅਤੇ ਆਈ ਬਟਨ ਦੇ ਵਿੱਚ ਮਿਲ ਜਾਏਗਾ। ਅਤੇ ਜੇ ਤੁਸੀਂ ਉਹ ਵੀਡੀਓ ਨਹੀਂ ਵੇਖੀ ਤਾਂ ਜ਼ਰੂਰ ਵੇਖ ਲਿਓ। ਉਸ ਵਿੱਚ ਮੈਂ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਇੱਕ ਸਵਾਲ ਪੁੱਛਿਆ ਸੀ ਜਿਸ ਦੇ ਜਵਾਬ ਤੁਸੀਂ ਕਾਫੀ ਲੋਕਾਂ ਨੇ ਦਿੱਤੇ। ਸਵਾਲ ਇਹ ਸੀ ਕਿ ਮਨੁੱਖੀ ਸਰੀਰ ਦਾ ਕਿਹੜਾ ਅੰਗ ਉਸਦੇ ਜਨਮ ਲੈਣ ਤੋਂ ਬਾਅਦ ਆਉਂਦਾ ਹੈ ਅਤੇ ਮਰਨ ਤੋਂ ਪਹਿਲਾਂ ਹੀ ਚਲਾ ਜਾਂਦਾ ਹੈ। ਇਸਦਾ ਜਵਾਬ ਕਾਫੀ ਲੋਕਾਂ ਨੇ ਦਿੱਤਾ ਅਤੇ ਇਸਦਾ ਜਵਾਬ ਹੈ ਜੀ ਦੰਦ। ਆਪਣੇ ਦੰਦ ਆਪਣੇ ਜਨਮ ਲੈਣ ਤੋਂ ਬਾਅਦ ਉੱਗਦੇ ਹਨ ਅਤੇ ਮਰਨ ਤੋਂ ਪਹਿਲਾਂ ਹੀ ਝੜ ਜਾਂਦੇ ਹਨ। ਅਤੇ ਹੁਣ ਵਾਰੀ ਆਉਂਦੀ ਹੈ ਜੀ ਅੱਜ ਦਾ ਸਵਾਲ ਪੁੱਛਣ ਦੀ। ਅੱਜ ਦਾ ਸਵਾਲ ਵੀ ਪਿਛਲੇ ਸਵਾਲਾਂ ਵਾਂਗੂ ਬਹੁਤ ਹੀ ਆਸਾਨ ਆ। ਮੈਂ ਚਾਹੁੰਦੀ ਹਾਂ ਕਿ ਤੁਸੀਂ ਉਸਦਾ ਜਵਾਬ ਜ਼ਰੂਰ ਦਿਓ। ਹਾਂਜੀ, ਅਤੇ ਉਹ ਕੁਸ਼ਚਨ ਆ ਕਿ ਉਹ ਕਿਹੜੀ ਚੀਜ਼ ਆ ਜਿਸ ਕੋਲ ਸ਼ਬਦ ਹਨ ਪਰ ਉਹ ਬੋਲਦੀ ਨਹੀਂ ਹੈ। ਮੈਨੂੰ ਪਤਾ ਹੈ ਕਿ ਤੁਹਾਨੂੰ ਇਸਦਾ ਜਵਾਬ ਪਤਾ ਹੀ ਹੋਏਗਾ, ਅਤੇ ਜੇ ਤੁਹਾਨੂੰ ਇਸਦਾ ਜਵਾਬ ਪਤਾ ਹੈ ਤਾਂ ਹੁਣੇ ਹੀ ਕਮੈਂਟ ਕਰੋ, ਪਹਿਲੀਆਂ 'ਚ ਕਮੈਂਟ ਕਰਕੇ ਦੱਸੋ ਕਿ ਇਸਦਾ ਜਵਾਬ ਕੀ ਹੈ। ਅਤੇ ਬਸ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ। ਮੈਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਇਹ ਵੀਡੀਓ ਕਾਫੀ ਪਸੰਦ ਆਈ ਹੋਏਗੀ। ਜੇ ਤੁਹਾਨੂੰ ਇਹ ਵੀਡੀਓ ਕਾਫੀ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ। ਜਿਹੜਾ ਸਵਾਲ ਮੈਂ ਇਸ ਵੀਡੀਓ ਦੇ ਵਿੱਚ ਕੀਤਾ ਹੈ ਇਸਦਾ ਜਵਾਬ ਥੱਲੇ ਕਮੈਂਟ ਦੇ ਵਿੱਚ ਜ਼ਰੂਰ ਲਿਖਿਓ, ਅਤੇ ਜੇ ਤੁਹਾਡਾ ਵੀ ਕੋਈ ਸਵਾਲ ਹੋਵੇ ਤਾਂ ਤੁਸੀਂ ਉਹ ਵੀ ਮੈਨੂੰ ਪੁੱਛ ਸਕਦੇ ਹੋ। ਜਿਹੜੇ ਦੋਸਤਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈੱਲ ਆਈਕਨ ਵੀ ਪ੍ਰੈਸ ਕਰਕੇ ਆਲ 'ਤੇ ਕਲਿੱਕ ਕਰ ਲਓ, ਕਿਉਂਕਿ ਇਸ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓਜ਼ ਮੈਂ ਇਸ ਚੈਨਲ 'ਤੇ ਲਿਆਉਂਦੀ ਹੀ ਰਹਿੰਦੀ ਹਾਂ। ਇਸ ਕਰਕੇ ਹੁਣੇ ਸਬਸਕ੍ਰਾਈਬ ਕਰਕੇ ਨਾਲ ਹੀ ਬੈੱਲ ਆਈਕਨ ਵੀ ਪ੍ਰੈਸ ਕਰ ਲਓ। ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।